ਪੰਜਾਬੀ ਏਕਤਿਆਂ ਲਿਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਹੋ ਗਿਆ ਹੈ। ਉਹਨਾਂ ਨੇ ਮੁੱਖ ਮੰਤਰੀ ਰਿਹਾਇਸ਼ ਵਿਖੇ ਡਾਕਟਰ ਗੁਰਪ੍ਰੀਤ ਕੌਰ ਨਾਲ ਲਾਵਾਂ ਲਈਆਂ ਹਨ। ਇਸ ਮੌਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦੇ ਪਿਤਾ ਵਜੋਂ ਤੇ ਰਾਘਵ ਚੱਡਾ ਨੇ ਭਰਾ ਦੀਆਂ ਰਸਮਾਂ ਨਿਭਾਈਆਂ। ਵਿਆਹ ਸਮਾਗਮ ਵਿੱਚ ਭਗਵੰਤ ਮਾਨ ਤੇ ਗੁਰਪ੍ਰੀਤ ਦੇ ਪਰਿਵਾਰ ਤੋਂ ਇਲਾਵਾ ਕੇਜਰੀਵਾਲ ਦਾ ਪਰਿਵਾਰ ਵੀ ਸ਼ਾਮਿਲ ਹੋਇਆ। ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਪੁਲਿਸ ਨੇ ਫਰੀਦਕੋਟ ਦੇ ਡਿਪਟੀ ਸੁਪਰੀਡੈਂਟ ਆਫ ਪੁਲਿਸ ਲਖਵੀਰ ਸਿੰਘ ਨੂੰ ਡਰੱਗ ਸਪਲਾਇਰ ਤੋਂ 10 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਨੇ ਇੱਥੇ ਦੱਸਿਆ ਕਿ ਤਰਨ ਤਾਰਨ ਵਿੱਚ NDPS ਐਕਟ ਤਹਿਤ FIR ਦਰਜ ਕਰ ਲਈ ਗਈ ਹੈ। ਮੋਗਾ ਦੇ ਪਿੰਡ ਮਲਕੇ ਵਿੱਚ 2015 ਵਿੱਚ ਵਾਪਰੀ ਬੇਅਦਬੀ ਦੀ ਘਟਨਾ ਦੇ ਮਾਮਲੇ ਵਿੱਚ ਅਦਾਲਤ ਨੇ 3 ਡੇਰਾ ਪ੍ਰੇਮੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦਕਿ 2 ਡੇਰਾ ਪ੍ਰੇਮੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ। ਮੋਗਾ ਦੇ ਪਿੰਡ ਮਲਕੇ ਵਿੱਚ 2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ। ਇਸ ਬੇਅਦਬੀ ਦੀ ਘਟਨਾ ਦੇ ਮਾਮਲੇ 'ਚ ਆਏ ਇਸ ਫੈਸਲੇ ਨੂੰ ਲੈ ਕੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਕੀਤੀ। ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਆਪ ਸਰਕਾਰ ਬਣਨ 'ਤੇ ਇਨਸਾਫ਼ ਦੇਣ ਦੀ ਪ੍ਰਕਿਰਿਆ ਤੇਜ਼ ਹੋਈ ਹੈ ਅਤੇ ਉਸ ਦੇ ਨਤੀਜੇ ਵਜੋਂ ਅਦਾਲਤ ਨੇ ਬੇਅਦਬੀ ਦੇ 3 ਦੋਸ਼ੀਆਂ ਨੂੰ ਸਜ਼ਾ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਮੈਚ ਫਿਕਸਿੰਗ ਵਾਲੀਆਂ ਸਰਕਾਰਾਂ ਪੰਜਾਬ 'ਚ ਕੰਮ ਕਰ ਰਹੀਆਂ ਸਨ ਜਿਨ੍ਹਾਂ 'ਚ ਆਪਸੀ ਮੈਚ ਫਿਕਸਿੰਗ ਹੋਈ ਸੀ। ਅਕਾਲੀ ਦਲ ਜਦੋਂ ਆਪਣੇ ਰਾਜ ਸਮੇਂ ਮਾੜੇ ਕੰਮ ਜਿਵੇਂ ਭ੍ਰਿਸ਼ਟਾਚਾਰ ਕਰਦਾ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਵੀ ਇਸ ਦੇ ਹਿੱਸੇ ਆਈਆਂ ਸਨ। ਪਲਾਟ ਅਲੋਟਮੈਂਟ ਦੀ ਹੇਰਾਫੇਰੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤੇ ਗਏ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬਸੀ ਨੂੰ ਅਦਾਲਤ ਨੇ 4 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਹੁਣ ਸੋਮਵਾਰ ਨੂੰ ਉਹਨਾਂ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਦਾਲਤ ਦੇ ਬਾਹਰ ਦਿਨੇਸ਼ ਬਸੀ ਨੇ ਭਗਵੰਤ ਮਾਨ ਸਰਕਾਰ 'ਤੇ ਬਦਲਾਖੋਰੀ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਇਲਜ਼ਾਮ ਲਾਇਆ ਹੈ। ਦਿਨੇਸ਼ ਬਸੀ ਨੇ ਕਿਹਾ ਕਿ ਸਿਰਫ ਮੇਰੇ ਨਾਲ ਹੀ ਨਹੀਂ ਪੂਰੇ ਪੰਜਾਬ 'ਚ ਮਾਨ ਸਰਕਾਰ ਅਜਿਹਾ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਜਿਸ ਵੇਲੇ ਨਵਜੋਤ ਸਿੱਧੂ ਨੇ ਉਹਨਾਂ ਨੂੰ ਚੇਅਰਮੈਨੀ ਤੋਂ ਹਟਾਇਆ ਸੀ ਉਸ ਵੇਲੇ ਵਿਜੀਲੈਂਸ 6 ਮਹੀਨੇ ਚੁੱਪ ਕਿਉਂ ਰਹੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ 2022-23 ਦੌਰਾਨ ਨਾਬਾਰਡ ਸਕੀਮ ਤਹਿਤ 315 ਕਰੋੜ ਰੁਪਏ ਦੀ ਲਾਗਤ ਨਾਲ ਵੱਖ ਵੱਖ ਸੜਕੀ ਪ੍ਰੋਜੈਕਟ ਸ਼ੁਰੂ ਕਰੇਗੀ। ਇਸ ਸਕੀਮ ਤਹਿਤ ਸੂਬੇ ਵਿੱਚ ਨਵੀਆਂ ਸੜਕਾਂ ਅਤੇ ਨਵੇਂ ਪੁਲਾਂ ਦੀ ਉਸਾਰੀ ਕੀਤੀ ਜਾਵੇਗੀ ਜਿਸ ਨਾਲ ਸੂਬੇ ਦੇ ਸੜਕੀ ਨੈੱਟਵਰਕ 'ਚ ਸੁਧਾਰ ਹੋਵੇਗਾ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ETO ਨੇ ਕਿਹਾ ਕਿ ਇਸ ਸਕੀਮ ਅਧੀਨ ਚਾਲੂ ਸਾਲ ਦੌਰਾਨ ਕੀਤੇ ਜਾਣ ਵਾਲੇ ਵੱਖ ਵੱਖ ਕੰਮਾਂ ਲਈ ਬੋਲੀਆਂ ਮੰਗ ਕੇ ਉਸਾਰੀ ਕਾਰਜ ਛੇਤੀ ਹੀ ਸ਼ੁਰੂ ਕੀਤੇ ਜਾਣਗੇ। ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਵਿਭਾਗ ਅਧੀਨ ਪੈਂਦੀਆਂ ਮੁਰੰਮਤ ਕਰਨ ਯੋਗ 2217 ਕਿਲੋਮੀਟਰ ਲੰਬਾਈ ਦੀਆਂ ਲਿੰਕ ਸੜਕਾਂ ਜਿਨ੍ਹਾਂ ਦੀ ਆਖਰੀ ਵਾਰ ਮੁਰੰਮਤ 31 ਮਾਰਚ 2016 ਜਾਂ ਇਸ ਤੋਂ ਪਹਿਲਾਂ ਹੋਈ ਸੀ ਅਤੇ ਉਪਰੰਤ ਕਿਸੇ ਸਕੀਮ ਅਧੀਨ ਪ੍ਰਵਾਨ ਨਹੀਂ ਹੋਈ ਨੂੰ 361 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਰਿਪੇਅਰ ਕਰਨ ਦੀ ਤਜਵੀਜ਼ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹੈ। ਮੈਸੇਜ ਪਾਇਆ ਤੁਹਾਨੂੰ, ਨੰਬਰ ਨੋਟ ਕਰੋ, ਇੱਕ ਇਹਦਾ ਇਹ ਤਾਂ ਟ੍ਰਾਂਸਫਰ ਕਰੋ ਇਮੀਡੀਏਟ। ਦੇਖੋ ਇਹ ਪਬਲਿਕ ਦੀ ਡੀਲਿੰਗ ਦੇ ਲਾਇਕ ਹੀ ਹੈ ਨਹੀਂ ਬੰਦਾ, ਤੁਹਾਡਾ ਫਰਜ਼ ਨਹੀਂ ਬਣਦਾ। ਜੇ ਰਜਿਸਟਰ ਸਾਹਿਬ ਨਹੀਂ ਆਏ ਤਾਂ ਜਿੰਨੀ ਆਏ ਇਹ ਜਿਨ੍ਹਾਂ ਨੇ ਰੈਵਨਿਊ ਦੇਣਾ ਇਹਨਾਂ ਨੇ ਆਪਾਂ ਨੂੰ ਰੈਵਨਿਊ ਦੇਣਾ ਕਿ ਨਹੀਂ ਦੇਣਾ, ਤੇ ਜਿਹੜਾ ਤੁਹਾਨੂੰ ਰਿਸ਼ਵਤ ਦੇ ਦੇਵੇ ਉਹਨੂੰ ਤਾਂ ਤੁਸੀਂ ਅੰਦਰ ਬਿਠਾ ਕੇ ਚਾਹ ਕਾਫੀ ਪਿਲਾਉਂਦੇ ਹੋ ਤੇ ਬਾਕੀ ਇਹ ਜਿਹੜੇ ਭਿੱਡਾਂ ਗਾਵਾਂ ਨੇ ਲਿਖੋ ਇਹਨੂੰ ਸਸਪੈਂਡ ਕਰੋ ਯਾਰ, ਲਿਖੋ ਇਹਦੇ ਬਾਰੇ, ਮੈਂ ਨੋਟ ਬਣਾ ਕੇ ਭੇਜਿਆ ਤੁਹਾਡਾ ਕੋਈ ਫਰਜ਼ ਨਹੀਂ ਬਣਦਾ। ਜੇ ਇੱਥੇ ਤਹਿਸੀਲਦਾਰ ਸਾਹਿਬ ਹੈੜੀ ਦਾ ਤੁਸੀਂ ਆਏ ਜੇ ਬੰਦੇ ਨੂੰ ਲੁੱਕ ਆਫਟਰ ਕਰਨਾ, ਤੁਹਾਡੀ ਕੋਈ ਜ਼ਿੰਮੇਵਾਰੀ? ਤੂੰ ਤੁਹਾਨੂੰ ਨਹੀਂ ਪਤਾ ਮੈਂ ਇੱਥੇ ਬੈਠਾ ਹੈ, ਤੂੰ ਅੰਦਰ ਸੱਜ ਕੇ ਬੈਠਾ ਨਹੀਂ, ਤੁਸੀਂ ਭਾਈ ਸਾਹਿਬ ਅੰਦਰ ਸੱਜ ਕੇ ਬੈਠੇ ਹੋ, ਤੁਹਾਨੂੰ ਨਹੀਂ ਪਤਾ ਮੈਂ ਆਇਆ ਹੋਇਆ, ਸਾਰੀ ਜਨਤਾ ਇੱਥੇ ਬਾਹਰ ਖੜੀ ਹੈ, ਤੁਸੀਂ DC ਲੱਗੇ ਹੋ, ਜੋ ਪਤਾ ਲੱਗਿਆ ਕਿੰਨੀ ਅੱਧਾ ਘੰਟਾ ਹੋ ਗਿਆ ਮੈਨੂੰ ਇੱਥੇ ਬੈਠੇ ਨੂੰ, ਤੁਹਾਡੇ ਮੂੰਹ ਨੂੰ ਖੂਨ ਲੱਗਿਆ, ਬੰਦ ਇਹ ਬੰਦ ਕਰ ਦਿਓ ਪੁਰਾਣੀ ਰਵਾਇਤੀ ਪਾਰਟੀਆਂ ਦਾ ਖੂਨ। ਅੱਜ ਕਿੰਨੀ ਦੁਨੀਆ ਤਰਸੀ ਪਈ ਆ, ਖੜੇ ਆ, ਆ ਬਜ਼ੁਰਗ 103 ਸਾਲ ਦੇ ਬਾਹਰ ਬੈਠੇ ਆ, ਕੋਈ ਸ਼ਰਮ ਹੈ ਨੀ ਆਪਣੇ ਘਰੇ, ਮਾਂ ਬਾਪ ਹੈ ਨੀ, ਬਜ਼ੁਰਗ ਹੈ ਨੀ ਆਪਣੇ ਘਰੇ, ਨਹੀਂ ਅਫਸਰ ਸਾਹਿਬ ਵਾਲਾ ਇਹਨਾਂ ਨੂੰ ਬਿਠਾਓ ਇੱਥੇ, ਨਾ ਤੁਹਾਡਾ ਪਾਣੀ ਦਾ ਅਰੇਂਜਮੈਂਟ ਹੈ, ਨਾ ਤੁਹਾਡਾ ਪੱਖੇ ਦਾ ਅਰੇਂਜਮੈਂਟ ਕਿਹੜਾ ਆ, ਕਿੱਥੇ ਆ ਪਾਣੀ, ਆ ਦੱਸੋ ਜੀ ਕਿੱਥੇ ਪਾਣੀ, ਤੁਸੀਂ ਬੋਲਦੇ ਪਾਣੀ ਆ ਜੀ, ਉਹ ਪਾਣੀ ਦਾ ਇਹਨਾਂ ਦਾ ਅੰਦਰ ਰੱਖਿਆ ਵਾ, ਨਾ ਕੋਈ ਉੱਥੇ ਗਲਾਸ ਆ ਨਾ ਕੋਈ ਕੱਪ ਆ, ਉਹ ਚੁੰਦਾ ਪਿਆ ਵਾ ਦੇਖ ਲਓ, ਸਭ ਤੋਂ ਵੱਧ ਰੈਵਨਿਊ ਇਸ ਤਹਿਸੀਲ ਤੋਂ ਜਾਂਦਾ ਵੈਸਟ ਚੋਂ, ਪਤਾ ਨਾ ਸਰਕਾਰ ਇਸ ਰੈਵਨਿਊ ਤੇ ਚੱਲ ਰਹੀ ਆ, ਔਰ ਤੁਸੀਂ ਲੋਕ ਅੰਦਰ ਬਿਠਾ ਕੇ ਜਿਹੜੇ ਤੁਹਾਡੇ ਚਹੇਤੇ ਆ ਉਹਨਾਂ ਨੂੰ VIP ਟ੍ਰੀਟਮੈਂਟ ਦਿੰਦੇ ਹੋ, ਕੀ ਗੱਲ, ਇਹ ਬੰਦੇ ਨਹੀਂ ਹੈਗੇ, ਅਨਾਊਂਸਮੈਂਟ ਕਰੋ, ਅੱਧੇ ਘੰਟੇ 'ਚ ਤਹਿਸੀਲਦਾਰ ਸਾਹਿਬ ਆ ਰਹੇ ਆ, ਅਨਾਊਂਸਮੈਂਟ ਕਰੋ, ਸਮਰਾਲੇ ਤੋਂ ਤਹਿਸੀਲਦਾਰ ਸਾਹਿਬ ਬੁਲਾਏ ਆ,
ਅੱਧੇ ਘੰਟੇ ਚ ਆ ਰਹੇ ਆ ਸਾਰਿਆਂ ਨੂੰ ਇਹਨਾਂ ਨੂੰ ਪ੍ਰੋਪਰ ਮੇਰਾ ਸਿਹਤ ਦਾ ਡਿਟੇਲ ਬਣਾਓ ਕਿਹੜੀ ਕਿਹੜੀ ਚੀਜ਼ ਚਾਹੀਦੀ ਹੈ ਇੱਥੇ ਕੱਲ ਦਾ ਤੈਨੂੰ ਚਾਰ ਫੋਨ ਕਰ ਚੁੱਕਿਆ ਮਿੱਤਰਾ ਮੈਂ ਤੇ ਤੇਰਾ ਕਾਲ ਚੈੱਕ ਕਰ ਨਹੀਂ ਜੇ ਨੰਬਰ ਨਹੀਂ ਤੁਸੀਂ ਫੋਨ ਨਹੀਂ ਚੱਕਣਾ ਕਿਸੇ ਦਾ ਟਰੂ ਕਾਲ ਤੇ ਚੈੱਕ ਕਰ ਲਓ ਕਿੱਡੇ ਬਿਜ਼ੀ ਹੋ ਗਏ ਹੋ ਕਿੱਥੇ ਰਹਿੰਦੇ ਹੋ ਨੰਬਰ ਇਹਨੂੰ ਸਸਪੈਂਡ ਕਰਾਉਣਾ ਨੋਟ ਕਰ ਤੂੰ ਤਾਂ ਸਸਪੈਂਡ ਹੋਏਗਾ ਅੱਜ ਅਨਾਊਂਸਮੈਂਟ ਕਰੋ ਉੱਥੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਔਰ 2015 ਵਿੱਚ ਪੰਜਾਬ ਵਿੱਚ ਵੱਡੀ ਪੱਧਰ ਦੇ ਉੱਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਬਹਿਬਲ ਕਲਾਂ ਮਲਕੇ ਬਹੁਤ ਸਾਰੇ ਜਗ੍ਹਾ ਦੇ ਉੱਤੇ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਔਰ ਬਾਕੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ 2015 ਤੋਂ ਲੈ ਕੇ 2015 ਤੋਂ ਲੈ ਕੇ ਜੂਨ 2022 ਤੱਕ ਕਿਸੇ ਇੱਕ ਵੀ ਕੇਸ ਦਾ ਫੈਸਲਾ ਨਾ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਸਮੇਂ ਹੋਇਆ ਨਾ ਹੀ ਪੁਰਾਣੀ ਕਾਂਗਰਸ ਪਾਰਟੀ ਦੀ ਸਰਕਾਰ ਚਾਹੇ ਉਹ ਕੈਪਟਨ ਸਾਹਿਬ ਦੀ ਸਰਕਾਰ ਸੀ ਚਾਹੇ ਚੰਨੀ ਸਾਹਿਬ ਦੀ ਸਰਕਾਰ ਸੀ ਤਿੰਨ ਮੁੱਖ ਮੰਤਰੀ ਹੋ ਚੁੱਕੇ 2015 ਤੋਂ ਲੈ ਕੇ 22 ਤੱਕ ਔਰ ਤਿੰਨਾਂ ਮੁੱਖ ਮੰਤਰੀਆਂ ਨੇ ਦੇ ਸਮੇਂ ਦੌਰਾਨ ਜਿਹੜੀ ਬੇਅਦਬੀ 2015 'ਚ ਹੋਈ ਜਾਂ 15 ਤੋਂ ਬਾਅਦ ਹੋਈ ਦੇਖੋ ਦੋ ਇਸ ਤੋਂ ਪਹਿਲਾਂ ਮਾਮਲੇ ਹੋਰ ਸੀਗੇ ਜਿਹੜੇ ਮਾਨਯੋਗ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਏ ਸੀਗੇ ਉਹਨਾਂ ਦੋਹਾਂ ਕੇਸਾਂ ਦੇ ਵਿੱਚ ਫੈਸਲਾ ਆ ਚੁੱਕਿਆ ਗਾ ਔਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਗਾ ਕਾਂਗਰਸੀਆਂ ਨੂੰ ਅਕਾਲੀਆਂ ਨੂੰ ਕਿ ਤੁਹਾਡੇ ਕੋਲ ਸਫੀਸ਼ੈਂਟ ਸਮਾਂ ਸੀਗਾ ਤੁਹਾਡੇ ਕੋਲ ਸਫੀਸ਼ੈਂਟ ਸਮਾਂ ਸੀਗਾ ਤੁਸੀਂ ਆਪਣੇ ਸਮੇਂ ਦੇ ਦੌਰਾਨ ਇੱਕ ਵੀ ਫੈਸਲਾ ਨਹੀਂ ਕਰਾ ਸਕੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੁਹਾਡੇ ਰਾਜ 'ਚ ਹੋਈਆਂ ਸੀ ਤੁਹਾਡੇ ਸਮੇਂ ਵਿੱਚ ਹੋਈਆਂ ਸੀ ਇਹੀ ਕਾਰਨ ਹੈ ਕਿ ਤੁਸੀਂ ਆਪਣੇ ਆਪ ਨੂੰ ਬਚਾਉਣ ਦੇ ਲਈ ਕੋਈ ਵੀ ਕਾਰਵਾਈ ਸਮੇਂ ਸਿਰ ਨਹੀਂ ਕੀਤੀ ਔਰ ਮਾਨ ਸਾਹਿਬ ਨੇ ਸਮੇਂ ਸਿਰ ਕਾਰਵਾਈ ਕੀਤੀ ਆ ਅੱਜ ਨਤੀਜਾ ਹੋਇਆ ਕਿ 4 ਮਹੀਨਿਆਂ ਦੇ ਵਿੱਚ ਰਿਜ਼ਲਟ ਪੰਜਾਬ ਦੇ ਲੋਕਾਂ ਦੇ ਸਾਹਮਣੇ ਦੇਖੋ ਗੱਲ ਇਹ ਆ ਜਿਹੜੀਆਂ ਅਦਾਲਤ ਦੇ ਵਿੱਚ ਪੇਸ਼ੀਆਂ ਨਿਰਧਾਰਿਤ ਹੁੰਦੀਆਂ ਨੇਗੀਆਂ ਜੋ ਅਦਾਲਤ ਦਾ ਆਪਣੀ ਇੱਕ ਪ੍ਰਕਿਰਿਆ ਹੈਗੀ ਉਹ ਅਦਾਲਤ ਦੀ ਪ੍ਰਕਿਰਿਆ ਜਿਹੜੀ ਪੂਰੀ ਹੋਈ ਆ ਅਸੀਂ ਇੱਕ ਵੀ ਕੋਈ ਵੀ ਅਡਜਰਨਮੈਂਟ ਨਹੀਂ ਲਈ ਹੈਗੀ ਕੋਈ ਵੀ ਵਾਧੂ ਸਮਾਂ ਨਹੀਂ ਲਿਆ ਗਾ ਅਸੀਂ ਵਿਦਿਨ ਸਮੇਂ ਦੇ ਦੌਰਾਨ ਕਾਰਵਾਈ ਕੀਤੀ ਆ ਇਹਨਾਂ ਤਾਂ 5 ਸਾਲ ਲੰਘਾਤੇ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਗਾ ਤੁਸੀਂ ਤਾਂ 5 ਸਾਲ ਚਿੱਠੀਆਂ ਲਿਖਦੇ ਰਹੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਤੁਸੀਂ ਇੱਕ ਵਾਰ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਨਹੀਂ ਉਠਾਇਆ ਬਸ ਚਿੱਠੀ ਜ਼ਰੂਰ ਲਿਖ ਦਿੰਦੇ ਸੀ ਥੋੜ੍ਹੇ ਦਿਨਾਂ ਬਾਅਦ ਜਿਹੜਾ ਪਿਆਰ ਸੀ ਉਹਨਾਂ ਦਾ ਉਹ ਸਰਦਾਰ ਪੁਰਾਣੇ ਜਿਹੜੇ ਸਾਡੇ ਮੁੱਖ ਮੰਤਰੀ ਸੀ ਕੈਪਟਨ ਸਾਹਿਬ ਪ੍ਰਤੀ ਉਹ ਜਾਗ ਪੈਂਦਾ ਸੀਗਾ ਇੱਕ ਅੱਧੀ ਚਿੱਠੀ ਲਿਖ ਕੇ ਆਪਣੀ ਹਾਜ਼ਰੀ ਪੰਜਾਬ ਜ਼ਰੂਰ ਲਵਾਉਂਦੇ ਰਹੇ ਪਰ ਉਹਨਾਂ ਨੇ ਕੋਈ ਵੀ ਜਿਹੜਾ ਹੈਗਾ ਕਦਮ ਨਹੀਂ ਚੁੱਕਿਆ ਜਿਹਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਜਿਹਨਾਂ ਨੇ ਬੇਅਦਬੀ ਕੀਤੀ ਉਹਨੂੰ ਸਜ਼ਾ ਮਿਲ ਸਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਹੋ ਗਿਆ ਹੈ ਉਹਨਾਂ ਨੇ ਮੁੱਖ ਮੰਤਰੀ ਰਿਹਾਇਸ਼ ਵਿਖੇ ਡਾਕਟਰ ਗੁਰਪ੍ਰੀਤ ਕੌਰ ਨਾਲ ਲਾਵਾਂ ਲਈਆਂ ਹਨ ਅਤੇ ਹੁਣ ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ ਉਹਨਾਂ ਨੇ ਟਵਿੱਟਰ 'ਤੇ ਭਗਵੰਤ ਮਾਨ ਅਤੇ ਗੁਰਪ੍ਰੀਤ ਕੌਰ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਵੱਡੇ ਵੀਰ ਅਸੀਂ ਹਾਂ ਭਗਵੰਤ ਮਾਨ ਜੀ ਅਤੇ ਪਿਆਰੀ ਭਾਬੀ ਡਾਕਟਰ ਗੁਰਪ੍ਰੀਤ ਕੌਰ ਜੀ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਆਪ ਦੀ ਜੋੜੀ ਸਦਾ ਸਲਾਮਤ ਰਹੇ ਅਤੇ ਜ਼ਿੰਦਗੀ ਦਾ ਹਰ ਦਿਨ ਖੁਸ਼ੀਆਂ ਭਰਿਆ ਹੋਵੇ ਜੀਵਨ ਦੀ ਇਸ ਨਵੀਂ ਸ਼ੁਰੂਆਤ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ ਦੱਸ ਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਮੌਕੇ ਸਾਰਾ ਪਰਿਵਾਰ ਇਸ ਵੇਲੇ ਬੇਹੱਦ ਖੁਸ਼ ਨਜ਼ਰ ਆਇਆ ਮੁੱਖ ਮੰਤਰੀ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਬਹੁਤ ਸਾਦੇ ਢੰਗ ਨਾਲ ਹੋਈਆਂ ਹਾਲਾਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਮਾਨ ਸੈਕਟਰ 8 ਦੇ ਗੁਰਦੁਆਰਾ ਸਾਹਿਬ ਵਿੱਚ ਡਾਕਟਰ ਗੁਰਪ੍ਰੀਤ ਕੌਰ ਨਾਲ ਲਾਵਾਂ ਲੈਣਗੇ ਪਰ ਉਹਨਾਂ ਦੀਆਂ ਲਾਵਾਂ ਮੁੱਖ ਮੰਤਰੀ ਰਿਹਾਇਸ਼ ਵਿਖੇ ਹੀ ਹੋਈਆਂ ਡਾਕਟਰ ਗੁਰਪ੍ਰੀਤ ਕੌਰ ਨੂੰ
ਹਮਸਫ਼ਰ ਬਣਾਉਣ ਤੋਂ ਬਾਅਦ ਮੁੱਖ ਮੰਤਰੀ ਮਾਨ ਵੱਲੋਂ ਅਰਵਿੰਦ ਕੇਜਰੀਵਾਲ ਅਤੇ ਮਾਂ ਤੋਂ ਆਸ਼ੀਰਵਾਦ ਲੈ ਗਿਆ। ਇਸ ਮੌਕੇ ਖਾਸ ਮਹਿਮਾਨ ਹੀ ਹਾਜ਼ਰ ਸਨ। ਅਰਵਿੰਦ ਕੇਜਰੀਵਾਲ ਨਾਲ ਉਹਨਾਂ ਦੀ ਧਰਮ ਪਤਨੀ ਵੀ ਨਜ਼ਰ ਆਏ, ਜਿਨ੍ਹਾਂ ਨੇ ਮੁੱਖ ਮੰਤਰੀ ਮਾਨ ਨੂੰ ਵਿਆਹ ਦੀ ਵਧਾਈ ਦਿੱਤੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਆਹ ਮੌਕੇ ਭਗਵੰਤ ਮਾਨ ਦੇ ਪਿਤਾ ਜੀ ਦੀ ਭੂਮਿਕਾ ਨਿਭਾਈ ਹੈ। ਮੁੱਖ ਮੰਤਰੀ ਪੀਲੇ ਰੰਗ ਦੀ ਪੁਸ਼ਾਕ ਅਤੇ ਪੀਲੀ ਦਸਤਾਰ ਸਜਾ ਵਿਆਹ ਲਈ ਫੱਬੇ ਉਹਨਾਂ ਦੀ ਲਾੜੀ ਵੀ ਲਾਲ ਰੰਗ ਦੇ ਜੋੜੇ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਮੁੱਖ ਮੰਤਰੀ ਦਾ ਸੀਐਮ ਹਾਊਸ ਦੇ ਅੰਦਰ ਹੀ ਵਿਆਹ ਹੋਇਆ। ਖੋਲਿਓ ਬਾਜੀ, ਬੰਦ ਹੈ ਜੀ, ਬੰਦ ਹੈ। ਮੈਂ ਤੈਨੂੰ ਉੱਥੋਂ ਦੇਖਣ ਡਿਆ। ਲੈ ਚੱਕੇ ਲਿਆ ਉਹਨੇ ਚੱਕੇ। ਆ ਜਾ ਬਈ, ਆ ਜਾ, ਦੂਜਾ ਕਿੱਥੇ ਆ? ਆ ਜਾ ਬਈ ਇੱਧਰ ਆ ਜਾ। ਉਹ ਮੈਂ ਚੱਲ ਇੱਧਰ ਇਧਰ ਨੂੰ ਚੱਕ ਲਿਆ ਆ ਬਈ, ਇਹ ਤਾਂ ਮੈਂ ਜੇ ਰੋਟੀ ਹੁੰਦੀ। ਆ ਜਾ ਆ ਜਾ ਆ ਜਾ ਆ ਜਾ, ਜੋ ਜੋ ਤੈਨੂੰ ਸਰ ਸਬਜ਼ੀ ਰੱਖ ਕੇ ਰੋਟੀ ਖਾਂਦੇ। ਬੋਤਲ ਕਿੱਥੇ ਜਿਹੜੀ ਸਰ? ਲੈ ਆ, ਲੈ ਆ, ਕਸਮ ਖਾ ਲੈ ਉਹ ਲੱਗੀ ਕਿਰੋ ਜਿੱਥੇ ਲੱਗੀ ਨਹੀਂ ਸਰ। ਦੱਸੋ ਇੱਥੇ ਬੈਠੇ ਨਹੀਂ ਸੀ ਜੇ ਲੈਣ ਦੀ ਗੱਲ। ਲੈਣ ਦੀ ਗੱਲ ਜਰਾ ਲੈਣ ਦੀ ਕੁੰਡੀਆਂ ਕਾ ਤੋਂ ਲਾਈਆਂ ਨਾ। ਆ ਦੇਖੋ ਤੁਸੀਂ ਆਪ ਦੇਖੋ ਲੈਂਡ ਜੀ ਦਾ। ਆ ਦੇਖੋ ਬਾਜੀ, ਅਸੀਂ ਉਧਰ ਕੱਪੜਿਆਂ ਤੋਂ ਵੀ ਲੱਭ ਲੈਣੀ ਆ ਹੁਣ ਸਰ। ਜਿੱਥੋਂ ਮਰਜ਼ੀ ਲੱਭ ਲਓ ਸਰ, ਕੱਢ ਲੈ ਦੋ ਵੀ ਆ ਕੰਮ ਕੱਢ ਲਾ ਜੇ ਹੋ ਜੇ ਭੇਜ ਦਿਓ ਕੱਢ ਲਾ ਫਿਰ ਲੱਭ ਲਓ। ਆ ਰੋਟੀ ਖਾਂਦੇ ਸਰ, ਰੋਟੀ ਖਾ ਕੇ ਨਹੀਂ, ਰੋਟੀ ਖਾ ਕੇ ਨਹੀਂ ਹਟਿਆ। ਦੇਖ ਇੱਕ ਮਿੰਟ ਆ ਜਾਓ, ਆ ਜਾਓ ਜੀ ਸਰ, ਰੋਟੀ ਖਾਂਦੇ। ਆ ਦੇਖੋ ਬੋਤਲ ਜਿਹੜੀ ਉਧਰੋਂ ਬੋਤਲਾਂ ਕੱਢਦੇ ਆ ਭਾਜੀ। ਹੈਲੋ ਵੱਡੇ ਵੀਰ, ਜਿਹੜੀ ਤੂੰ ਲੈ ਕੇ ਗਿਆ ਮੈਂ ਤੈਨੂੰ ਦੱਸਾਂ ਛੱਡ। ਹਾਂਜੀ ਬੋਤਲ ਕੱਢ ਲਿਆ ਸਰ। ਨਹੀਂ ਬੋਤਲ ਦੱਸੋ ਯਾਰ, ਜੇ ਬੋਤਲਾਂ ਦੀ ਦੱਸ ਦੇਣਾ। ਹਾਏ ਰੋਟੀ ਕਹਿੰਦੇ ਸਵੇਰ ਦੀ ਖਾਧੀ ਨਹੀਂ ਮੈਂ ਕਿਹਾ ਚੱਕ ਲਿਆ ਭਾਜੀ। ਇਹ ਮੱਦੀ ਦਾ ਸਹੀ ਪਾਗ ਲੱਗਦੇ ਯਾਰ। ਭਾਈ ਮੈਂ ਰਾਜਾ ਵੀਰੇ ਤੁਹਾਡੇ ਭਰਾ ਦਾ ਹਰ ਦਿਨ ਦੱਸਦਾ ਰੋਟੀ ਖਾਂਦੇ। ਬੋਤਲ ਚੁੱਕ ਲਿਆ, ਕੁਛ ਨਹੀਂ ਕਹਿੰਦੇ। ਰੋਟੀ ਕੀ ਲੋੜ ਹੈ ਪਤਾ ਕੀ ਆ? ਰੋਟੀ ਲਗਾਉਣ ਦੀ ਸਾਡਾ ਲਗਾ ਕੈਂਪ, ਤੁਸੀਂ ਅੰਦਰ ਕੁੰਡੀਆਂ ਲਾ ਕੇ ਬੈਠੇ ਆ ਰੋਟੀ ਖਾਂਦੇ। ਕੁੰਡੀਆਂ ਲਾ ਕੇ ਚੱਕ ਲਿਆ ਯਾਰ ਸਰ, ਕੈਂਪ ਨਹੀਂ ਲਾ, ਕੈਂਪ ਲੱਗਾ ਸਾਡਾ ਅੱਜ ਯੂਡੀਆਈ ਦਾ। ਪਤਾ ਕੀ ਆ ਜੀ, ਅਸੀਂ ਉੱਥੋਂ ਆਏ 5:30 ਵਜੇ। ਤੁਸੀਂ ਪਹਿਲਾਂ ਇਦਾਂ ਦੀ ਉਹਦੇ ਰੋਟੀ ਦੀ ਇਦਾਂ ਗੱਲ ਸੁਣੋ ਮੇਰੀ, ਚੱਕ ਲਿਆ ਭਾਜੀ। ਉਹ ਛੋਟਾ ਕਾਦੇ ਲਈ ਉਹਦੇ ਬੋਤਲ ਇਹ ਸਰ? ਅੱਜ ਦੇ ਲਈ ਕਸਮੀ ਗੱਲ ਆ, ਮੈਂ ਕਹਿੰਦਾ ਹੁਣੇ ਦਾ ਆ ਬਾਈ ਜੀ ਓਏ ਕਿੱਥੋਂ ਨਿਕਲੀਏ? ਚਿਕਨ ਵੀ ਤਾਜ਼ਾ ਪਿਆ। ਕਾਕਰਾ ਸਾਹਿਬ ਜੇ ਦਾਰੂ ਦਾ ਮਹਿਕ ਆ ਜਾਵੇ ਨਾ, ਮੈਂ ਸੌ ਖਾ ਦੇਣਾ ਉਹ ਬੋਤਲ। ਇੱਕ ਮਿੰਟ, ਉਹ ਪਹਿਲੀ ਪਈ ਹੋਊਗੀ। ਇੱਕ ਮਿੰਟ ਪਹਿਲੀ ਕਦੋਂ ਦੀ? ਸਾਰੇ ਚੌਕੀਦਾਰ ਹੁੰਦਾ ਰਾਤ ਨੂੰ, ਕਿਤੇ ਕੋਈ ਲੱਗਦਾ ਕੋਈ ਕੋਸਲ ਲਾ ਲਈ ਹੋਵੇ। ਚਲੋ ਗਲਤੀ ਹੋ ਗਈ, ਚਲੋ ਅਸੀਂ ਰੋਟੀ ਖਾਂਦੇ ਪਏ ਕਹਿੰਦਾ ਤੁਹਾਨੂੰ ਪਤਾ ਜੀ ਅਸੀਂ ਸਰ। ਮੈਂ ਕਹਿੰਦਾ ਮੈਂ ਸੌ ਖਾ ਲੈਣਾ, ਹੋਰ ਦੱਸੋ ਜੇ ਕੋਈ ਸਾਡੀ ਗਲਤੀ ਹੈ। ਮੈਂ ਕਹਿੰਦਾ ਮੈਂ ਸੌ ਖਾ ਲੈਣਾ ਜੇ ਇਹੋ ਜਿਹੀ ਗੱਲ ਹੋਵੇ, ਗਲਾਸੀਆਂ ਦੇ ਲਓ ਸਭ ਤੋਂ ਦੇਖ ਲਓ। ਇਹ ਸੁਣੋ ਜੇ ਕੋਈ ਪਹਿਲੀ ਅੱਧੀ ਆ ਪਿਆ ਬੈਠ ਹਜੇ ਤਾਂ ਸਵੇਰ ਦੀ ਸਰ ਗਏ ਹੋਏ, ਡਾਂਕੀ ਵੀ ਨਹੀਂ ਕੀਤਾ ਹੋਰ। ਤੁਸੀਂ ਕੁੰਡੀਆਂ ਕਾਹਤੋਂ ਲਾਈਆਂ? ਰੋਟੀ ਲੁਕੋਨੇ ਕਾਹਤੋਂ ਤੁਸੀਂ? ਮਤਲਬ ਰੋਟੀ ਕਿਉਂ ਲੁਕੋਨੇ? ਦਾਰੂ ਦੀ ਬੋਤਲ ਕਿੱਥੋਂ ਸਰ? ਪਹਿਲੀ ਲੁਕੋਈ ਆ ਉਹ
ਬੋਤਲ ਵੀ ਇੱਥੇ ਸੀਗੀ ਜਾਂ ਬੋਤਲ ਹੋਵੇ ਨਾ ਪਰਲੀ ਸਾਈਡ ਵੱਡੇ ਰੁਕੀ ਜਾਂਦੇ ਪਏ ਸੀ ਇਹਦਾ ਨੀ ਹੁੰਦਾ ਉੱਥੇ ਦੇ ਲੋਕ ਫੜੋ ਜੀ ਇਹਨਾਂ ਨੂੰ ਫੜੋ ਜੀ ਬਿਲਕੁਲ 50 ਸਾਲ ਤੋਂ ਨੌਕਰੀ ਕਰਦੇ ਨੇ ਇਹਨੇ ਦੇਖ ਪੋਰੀ ਅਸੀਂ ਵੀ ਬੰਦ ਕਰ।